ਬੰਦ ਮਤਲਬ ਹੋ ਚੁੱਕਿਆ ਜਾਂ ਬੰਦ ਕੀਤਾ ਗਿਆ ਇਹਦੇ ਬਾਰੇ ਆਪਾਂ ਜਾਣਕਾਰੀ ਜਿਹੜੇ ਇੱਥੇ ਦੇ ਲੋਕਾਂ ਕੋਲ ਹੀ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਇਹਨਾਂ ਦਾ ਰਾਜ ਇਹ ਹੈ ਜੀ ਜਦੋਂ ਕੋਈ ਪਰੇਸ਼ਾਨੀ ਹੋਊਗੀ ਜਾਂ ਕੋਈ ਦੋਸਤ ਮੈਂ ਤਾਂ ਜਦੋਂ ਕੋਈ ਜਦੋਂ ਕੋਈ
ਬਹੁਤ ਦੂਰ ਦੂਰ ਤੱਕ ਗੱਲਬਾਤ ਹੋ ਜਾਏਗਾ ਦਾਦਾ ਜੀ ਮਾਤਾ ਜੀ ਕਰਨ, ਅਗਲੇ ਦੁਖੀ ਹੋ ਕੇ ਹੀ ਉੱਗੇ ਆ ਜਾਂਦੇ ਆ। ਦੇਖੋ ਜੀ ਜਿਹੜੇ ਖੰਨੇ ਵਾਲੇ ਸਾਈਡ ਤੋਂ ਆਉਂਦੇ ਆ ਪਰਲੇ ਪੁੱਤ ਤੋਂ ਆਉਂਦੇ, ਕਿਉਂ ਪਰਲੇ ਪੁੱਤ ਸਾਨੂੰ ਦਿਖਦਾ ਮਿਸ ਕਿਉਂ ਹੋ ਗਿਆ, ਪਰਮਾਨੈਂਟ ਬੈਠੇ ਹੁੰਦੇ। ਜਦ ਕੋਈ ਛਾਲ ਮਾਰਦਾ ਜੀ ਨੂੰ ਕੋਈ ਆਵਾਜ਼ ਆਉਂਦੀ ਹੈ ਸਾਨੂੰ, ਅਸੀਂ ਨਾਲ ਨਾਲ ਭੱਜ ਕੇ ਉਹਨੂੰ ਤਾਂ ਫੋਨ ਜਿੰਦਾ ਕਰ ਦਿੰਦੇ। ਅਸੀਂ ਘੱਟੋ ਘੱਟ 70-80 ਦਿਨ ਤੱਕ ਡਾਇਟ ਕਰਦੇ ਰਹਿੰਦੇ ਹਾਂ ਦਰਦੀ ਦਾ। ਦੇਖੋ ਜੀ ਸੈਲਰੀ ਤਾਂ ਮਿਲ ਨਹੀਂ ਸਕਦਾ ਸਾਨੂੰ, ਤਨਖਾਹ ਮਿਲਦੀ ਹੈ ਤਾਂ ਮੋਦੀ ਦੀ ਜੋ ਕਿਸੇ ਦੀ ਜਾਨ ਰੱਖਣਾ ਅਗਲਾ 2-3 ਹਜ਼ਾਰ ਰੁਪਏ ਦੇ ਜਾਂਦੀ ਖੁਸ਼ੀ ਮਾਰ ਕੇ ਲੈਟਰ ਬੋਡੀ ਕੱਢਦੇ ਆ, ਕੋਈ ਕਿਸੇ ਤਰ੍ਹਾਂ ਕੋਈ ਜ਼ਬਰਦਸਤੀ ਪੈਸਾ ਨਹੀਂ ਦਿੰਦੇ ਤੁਸੀਂ। ਅਸੀਂ ਕਹਿੰਦੇ ਜੀ 5-5 ਹਜ਼ਾਰ ਦੇ ਦੋ, 7 ਹਜ਼ਾਰ ਦੇ ਦੋ, ਅਗਲਾ 4-5 ਹਜ਼ਾਰ ਦੇ ਜਾਂਦਾ। ਤਾਂ ਜੀ ਕੋਈ ਸਰਕਾਰ ਸਰਕਾਰ ਤੋਂ ਇਹੀ ਮੰਗ ਰੱਖ ਰਹੀ ਹੈ, ਉਹ ਸਾਡੇ 1300 ਦਾ ਮੁਤਾਬਕ ਮਰ ਚੁੱਕੇ ਹਨ, ਜਿਵੇਂ ਉਹਨਾਂ ਦੇ ਜਵਾਬ ਨਾ ਉਹਨਾਂ ਦੀ ਕਰਾਂਗੇ ਝਾੜੂ ਪੋਚਾ ਕਰਕੇ ਆਪਣੇ ਖਾਤਾ ਅਪਡੇਟ ਕਰ ਦਿੰਦੇ। ਤਾਂ ਇਹ ਕਹਿੰਦੇ ਜੀ ਸਰਕਾਰ ਨੂੰ ਕੋਈ ਤਨਖਾਹ ਨੂੰ ਤਾਂ 10-12 ਹਜ਼ਾਰ ਦੀ ਸੈਲਰੀ ਕੱਟ ਸਕਦੇ। ਦੇਖੋ ਜੀ ਇੰਨੀ ਗਰੀਬ ਦਿੱਤਾ ਮਰ ਕਿੱਥੇ ਕਿੱਥੇ ਲੱਗ ਰਹੀ, ਤੇ ਸਾਡੇ ਵਰਗੇ ਗਰੀਬਾਂ ਕਿੱਥੇ ਨੌਕਰੀ ਮਿਲ ਜਾਵੇ। ਬਹੁਤ ਧੰਨਵਾਦ ਜੀ ਸਰਕਾਰ ਦਾ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਜੀ ਜਿਹੜੀ ਸਾਡੇ ਗੋਤਾਪੁਰ ਦੀ ਜਨਾਨੀ ਆ ਉਹਨਾਂ ਦੀ ਜਿਹੜੇ ਕਿਰਸਾਂ ਨੇ ਜਿਹੜੇ ਉਹਨਾਂ ਨੂੰ ਸਭ ਸੁਣ ਲੈਂਦੇ ਨੇ। ਆਪਣੇ ਵੱਲ ਗੋਤਾ ਖੋਲ ਹੈਗੇ ਜਿਹੜੇ 24 ਘੰਟੇ ਵਿਚਾਰੇ ਕਿਸੇ ਦੀਆਂ ਜਾਨਾਂ ਬਚਾ ਚੁੱਕੇ ਆ, ਜਿੱਦਾਂ ਸਹੀ ਸਮਾਜ ਉਹਨਾਂ ਨੂੰ ਘਰੇ ਵੀ ਬਚਾ ਚੁੱਕੇ ਆ, ਆਪਣੇ ਪਰਿਵਾਰ ਦੇ ਵਿੱਚ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਭਰਾਵਾਂ ਨਾਲ। ਆਉਣਾ ਜਾਂ ਕਿਤੋਂ ਵੀ ਮਤਲਬ ਆਉਣਾ ਲੰਬੇ ਟੂਰ ਤੋਂ, ਉਹ ਵੀ ਇੱਥੇ ਫਿਰ ਆਪਣਾ ਰੈਸਟ ਕਰਕੇ ਹੀ
ਆਪ ਦੇ ਫੁੱਲ ਬਣਨ ਨਾਲ ਇਹਨਾਂ ਨੂੰ ਇਹ ਚੀਜ਼ ਦਾ ਨੁਕਸਾਨ ਹੋਇਆ ਅਤੇ ਆਪਾਂ